ਆ ਮੁੱਲਾਪੁਰ ਚ ਵੀ ਇਹ ਬਰੈਲ ਜੇਲ ਚ ਸਟਾਪ ਤੇ ਅਸੀਂ ਖੈਰ ਤੋਂ ਜਾ ਕੇ ਖੈਰ ਕੋਟ ਕੋਟ ਅਦਾਲਤ ਜਾ ਕੇ ਇਹਦਾ ਗਿਫਤ ਸਾਰੇ ਪ੍ਰੋਟੈਕਸ਼ਨ ਵਾਰੰਟ ਲਿਆ ਪ੍ਰੋਟੈਕਸ਼ਨ ਵਾਰੰਟ ਲੈ ਕੇ ਫਿਰ ਇਹਨਾਂ ਨੂੰ ਜੇਲ ਚ ਲੈ ਕੇ ਆਇਆ ਕੱਲ ਪਰਸੋਂ ਲੈ ਕੇ ਆਇਆ ਸੀਗੇ 19 ਤਰੀਕ ਨੂੰ 19/4 ਨੂੰ ਇਹਨਾਂ ਦਾ ਅੱਜ ਤੱਕ ਪੁਲਿਸ ਮਾੜਾ ਆ ਤੇ ਇਹਨਾਂ ਨੇ ਦੋ ਚੋਰੀਆਂ ਮੰਨੀਆਂ ਸਾਡੇ ਕੋਲ ਦੋ ਚੋਰੀਆਂ ਕੀਤੀ ਸੀ ਦੇਖੋ ਇੱਕ ਚੋਰੀ ਮੰਨੀ ਇਹਨਾਂ ਨੇ ਡਰੋਨ ਸੀ 8000 ਰੁਪਏ ਦਾ ਬੱਚਾ ਦਾ ਇੱਕ ਉਹ ਬਰਾਮਦ ਹੋ ਗਿਆ ਕੱਲ ਅਸੀਂ ਜਿਹੜੇ 1100 ਰੁਪਏ ਦਾ ਹਾਰ ਸੀਗਾ ਉਹ ਇਹਨਾਂ ਨੇ ਖੁਰਦ ਬੱਦ ਕਰਤਾ ਉਹਦੇ ਰਿਕਾਰਡਿੰਗ ਨਾ ਦੇਣ ਕਰਕੇ ਅਸੀਂ 201 ਦਾ ਵਾਧਾ ਕਰਤਾ ਜੀ ਪਿਛੇ ਦਾ ਕਿੰਨੇ ਬੰਦੇ ਪੁਰਾਣੇ ਚੋਰ ਹੈ ਇਹਨਾਂ ਪਹਿਲਾਂ ਹੀ ਬਹੁਤ ਚੋਰੀਆਂ ਕੀਤੀਆਂ ਜਿਸ ਹਿਸਾਬ ਨਾਲ ਇਹ ਮੰਨਦੇ ਆ ਬਰੈਲ ਜੇਲ੍ਹ 'ਚ ਵੀ ਚੋਰੀ ਦੌਰਾਨ ਗਏ ਸੀ ਇਹ ਤੇ ਇਹ ਕਹਿੰਦੇ ਵੀ ਇੱਕ ਦਿਨ ਪਹਿਲਾਂ ਅਸੀਂ ਚੋਰੀ ਰੱਖੀ ਕੀਤੀ ਹੈ ਘਰ ਦੀ ਉੱਥੇ ਸਾਨੂੰ ਕੋਈ ਤਾਲੇ ਮਿਲਣ ਲੱਗੇ ਮਿਲੇ ਆ ਅਗਲੇ ਦਿਨ ਆ ਕੇ ਰਾਤ ਨੂੰ ਅਸੀਂ ਵੀ ਰੱਖੀ ਕਰਕੇ ਤੇ ਚੋਰੀ ਕੀਤੀ ਉੱਥੇ ਇਹ ਰਿਸ਼ਤਾ ਕੋਈ ਨਹੀਂ ਯਾਰ ਦੋਸਤ ਸੀ ਸਾਰੇ ਆਹ ਸੈਕਟਰ 25 ਹੈ ਚੰਡੀਗੜ੍ਹ ਦਾ ਤੇ ਇੱਥੇ ਰਹਿੰਦੇ ਸੈਕਟਰ 25 'ਚ ਪਹਿਲਾਂ ਸਾਲ ਸਾਲ ਕਦੋਂ ਅਸੀਂ ਚੋਰੀ ਮੰਨੇ ਨਾ ਜੀ ਬਾਕੀ ਚੋਰੀ ਸਾਡੀ ਤਰਤੇ ਹੀ ਜਾਰੀ ਹੈ ਜੀ ਰਿਮਾਂਡ ਸਾਡਾ ਖਤਮ ਹੋ ਰਿਹਾ ਇਹਨਾਂ ਨੂੰ ਅੱਜ ਪੇਸ਼ ਕੋਰਟ ਜਾ ਕੇ ਪੇਸ਼ ਕਰਨੇ ਇਹਨਾਂ ਨੂੰ ਅੱਜ ਪੇਸ਼ ਕਰਨ ਤੋਂ ਬਾਅਦ ਫਿਰ ਅਗਲੀ ਤਰਤੀ ਫਿਰ ਜਾਰੀ ਚੱਲ ਜਾਂਦੇ ਰਹੂ